ਲਿਖ ਕੇ ਦੇ ਦਿਆ ਵੀ ਇਹਨਾਂ 'ਤੇ ਬਣਦੀ ਕਾਰਵਾਈ ਕਰੋ, ਗੁੰਡੇ ਜਿੰਨੇ ਲੈਂਦੇ ਉਹਨਾਂ ਨੂੰ ਇੱਥੇ ਪੇਸ਼ ਕਰੋ, ਉਹਨਾਂ 'ਤੇ ਪਰਚਾ ਕਰੋ। ਉਹਦਾ ਜ਼ਿੰਮੇਦਾਰ ਪੁਲਿਸ ਥਾਣਾ ਪ੍ਰਸ਼ਾਸਨ ਉਹ ਜ਼ਿੰਮੇਵਾਰ ਹੋਊਗਾ, ਅਤੇ ਨਾਲ ਜਿੰਨੇ ਬੰਦੇ ਲਿਆ ਕੇ ਪਵਨ ਕੁਮਾਰ ਉਹਨਾਂ ਨੇ ਲੈਂਦੇ ਉਹ ਸਾਰੇ ਜ਼ਿੰਮੇਵਾਰ ਹੋਣਗੇ। ਇਹ ਮੇਰੀ ਲਾਸਟ ਵਾਰਨਿੰਗ ਹੈ, ਮੈਂ 15 ਮਿੰਟ ਦੇ ਅੰਦਰ ਅੰਦਰ 15 ਮਿੰਟ ਦਾ ਟਾਈਮ ਦਿੱਤਾ। ਐਫੀਡੈਵਿਟ ਲਿਖ ਕੇ ਦੇ ਦਿਆ ਵੀ ਇਹਨਾਂ 'ਤੇ ਬਣਦੀ ਕਾਰਵਾਈ ਕਰੋ, ਗੁੰਡੇ ਜਿੰਨੇ ਲੈਂਦੇ ਉਹਨਾਂ ਨੂੰ ਇੱਥੇ ਪੇਸ਼ ਕਰੋ, ਉਹਨਾਂ 'ਤੇ ਪਰਚਾ ਕਰੋ। ਉਹਦਾ ਜ਼ਿੰਮੇਦਾਰ ਪੁਲਿਸ ਥਾਣਾ ਪ੍ਰਸ਼ਾਸਨ ਉਹ ਜ਼ਿੰਮੇਵਾਰ ਹੋਊਗਾ, ਅਤੇ ਨਾਲ ਜਿੰਨੇ ਬੰਦੇ ਲਿਆ ਕੇ ਪਵਨ ਕੁਮਾਰ ਉਹਨਾਂ ਨੇ ਲੈਂਦੇ ਉਹ ਸਾਰੇ ਜ਼ਿੰਮੇਵਾਰ ਹੋਣਗੇ। ਇਹ ਮੇਰੀ ਲਾਸਟ ਵਾਰਨਿੰਗ ਹੈ, ਮੈਂ 15 ਮਿੰਟ ਦੇ ਅੰਦਰ ਅੰਦਰ 15 ਮਿੰਟ ਦਾ ਟਾਈਮ ਦਿੱਤਾ। ਐਫੀਡੈਵਿਟ ਲਿਖ ਕੇ ਦੇ ਦਿਆ ਵੀ ਇਹਨਾਂ 'ਤੇ ਬਣਦੀ ਕਾਰਵਾਈ ਕਰੋ, ਗੁੰਡੇ ਜਿੰਨੇ ਲੈਂਦੇ ਉਹਨਾਂ ਨੂੰ ਇੱਥੇ ਪੇਸ਼ ਕਰੋ, ਉਹਨਾਂ 'ਤੇ ਪਰਚਾ ਕਰੋ। ਉਹਦਾ ਜ਼ਿੰਮੇਦਾਰ ਪੁਲਿਸ ਥਾਣਾ ਪ੍ਰਸ਼ਾਸਨ ਉਹ ਜ਼ਿੰਮੇਵਾਰ ਹੋਊਗਾ, ਅਤੇ ਨਾਲ ਜਿੰਨੇ ਬੰਦੇ ਲਿਆ ਕੇ ਪਵਨ ਕੁਮਾਰ ਉਹਨਾਂ ਨੇ ਲੈਂਦੇ ਉਹ ਸਾਰੇ ਜ਼ਿੰਮੇਵਾਰ ਹੋਣਗੇ। ਇਹ ਮੇਰੀ ਲਾਸਟ ਵਾਰਨਿੰਗ ਹੈ, ਮੈਂ 15 ਮਿੰਟ ਦੇ ਅੰਦਰ ਅੰਦਰ 15 ਮਿੰਟ ਦਾ ਟਾਈਮ ਦਿੱਤਾ। ਐਫੀਡੈਵਿਟ ਲਿਖ ਕੇ ਦੇ ਦਿਆ ਵੀ ਇਹਨਾਂ 'ਤੇ ਬਣਦੀ ਕਾਰਵਾਈ ਕਰੋ, ਗੁੰਡੇ ਜਿੰਨੇ ਲੈਂਦੇ ਉਹਨਾਂ ਨੂੰ ਇੱਥੇ ਪੇਸ਼ ਕਰੋ, ਉਹਨਾਂ 'ਤੇ ਪਰਚਾ ਕਰੋ। ਉਹਦਾ ਜ਼ਿੰਮੇਦਾਰ ਪੁਲਿਸ ਥਾਣਾ ਪ੍ਰਸ਼ਾਸਨ ਉਹ ਜ਼ਿੰਮੇਵਾਰ ਹੋਊਗਾ, ਅਤੇ ਨਾਲ ਜਿੰਨੇ ਬੰਦੇ ਲਿਆ ਕੇ ਪਵਨ ਕੁਮਾਰ ਉਹਨਾਂ ਨੇ ਲੈਂਦੇ ਉਹ ਸਾਰੇ ਜ਼ਿੰਮੇਵਾਰ ਹੋਣਗੇ। ਇਹ ਮੇਰੀ ਲਾਸਟ ਵਾਰਨਿੰਗ ਹੈ, ਮੈਂ 15 ਮਿੰਟ ਦੇ ਅੰਦਰ ਅੰਦਰ 15 ਮਿੰਟ ਦਾ ਟਾਈਮ ਦਿੱਤਾ। ਐਫੀਡੈਵਿਟ ਲਿਖ ਕੇ ਦੇ ਦਿਆ ਵੀ ਇਹਨਾਂ 'ਤੇ ਬਣਦੀ ਕਾਰਵਾਈ ਕਰੋ, ਗੁੰਡੇ ਜਿੰਨੇ ਲੈਂਦੇ ਉਹਨਾਂ ਨੂੰ ਇੱਥੇ ਪੇਸ਼ ਕਰੋ, ਉਹਨਾਂ 'ਤੇ ਪਰਚਾ ਕਰੋ। ਉਹਦਾ ਜ਼ਿੰਮੇਦਾਰ ਪੁਲਿਸ ਥਾਣਾ ਪ੍ਰਸ਼ਾਸਨ ਉਹ ਜ਼ਿੰਮੇਵਾਰ ਹੋਊਗਾ, ਅਤੇ ਨਾਲ ਜਿੰਨੇ ਬੰਦੇ ਲਿਆ ਕੇ ਪਵਨ ਕੁਮਾਰ ਉਹਨਾਂ ਨੇ ਲੈਂਦੇ ਉਹ ਸਾਰੇ ਜ਼ਿੰਮੇਵਾਰ ਹੋਣਗੇ। ਇਹ ਮੇਰੀ ਲਾਸਟ ਵਾਰਨਿੰਗ ਹੈ, ਮੈਂ 15 ਮਿੰਟ ਦੇ ਅੰਦਰ ਅੰਦਰ 15 ਮਿੰਟ ਦਾ ਟਾਈਮ ਦਿੱਤਾ। ਐਫੀਡੈਵਿਟ ਲਿਖ ਕੇ ਦੇ ਦਿਆ ਵੀ ਇਹਨਾਂ 'ਤੇ ਬਣਦੀ ਕਾਰਵਾਈ ਕਰੋ, ਗੁੰਡੇ ਜਿੰਨੇ ਲੈਂਦੇ ਉਹਨਾਂ ਨੂੰ ਇੱਥੇ ਪੇਸ਼ ਕਰੋ, ਉਹਨਾਂ 'ਤੇ ਪਰਚਾ ਕਰੋ। ਉਹਦਾ ਜ਼ਿੰਮੇਦਾਰ ਪੁਲਿਸ ਥਾਣਾ ਪ੍ਰਸ਼ਾਸਨ ਉਹ ਜ਼ਿੰਮੇਵਾਰ ਹੋਊਗਾ, ਅਤੇ ਨਾਲ ਜਿੰਨੇ ਬੰਦੇ ਲਿਆ ਕੇ ਪਵਨ ਕੁਮਾਰ ਉਹਨਾਂ ਨੇ ਲੈਂਦੇ ਉਹ ਸਾਰੇ ਜ਼ਿੰਮੇਵਾਰ ਹੋਣਗੇ। ਇਹ ਮੇਰੀ ਲਾਸਟ ਵਾਰਨਿੰਗ ਹੈ, ਮੈਂ 15 ਮਿੰਟ ਦੇ ਅੰਦਰ ਅੰਦਰ 15 ਮਿੰਟ ਦਾ ਟਾਈਮ ਦਿੱਤਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।